ਪੰਜਾਬ ਦੇ ਕਿਸਾਨਾਂ ਦਾ ਜਿੱਥੇ ਕਣਕ ਝੋਨੇ ਦੀ ਖੇਤੀ ਵੱਲ ਜ਼ਿਆਦਾ ਰੁਝਾਨ ਹੈ, ਉੱਥੇ ਹੀ ਹੁਣ ਪੰਜਾਬ ਦੇ ਮੋਗਾ ਦਾ ਇਹ ਕਿਸਾਨ ਹੋਰਨਾਂ ਕਿਸਾਨਾਂ ਦੇ ਲਈ ਮਿਸਾਲ ਸਾਬਿਤ ਹੋ ਰਿਹਾ, ਕਿਉਂਕਿ ਇਸ ਕਿਸਾਨ ਦੇ ਵੱਲੋਂ 1.5 ਏਕੜ ਦੀ ਜ਼ਮੀਨ ਦੇ ਵਿੱਚ ਸਟ੍ਰਾਬੇਰੀ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਕਣਕ ਝੋਨੇ ਦੇ ਨਾਲੋਂ ਕਿਤੇ ਜ਼ਿਆਦਾ ਲੱਖਾਂ ਰੁਪਏ ਦਾ ਮੁਨਾਫਾ ਕਮਾਇਆ ਜਾ ਰਿਹਾ। ਹਾਲਾਂਕਿ ਇਸ ਕਿਸਾਨ ਦਾ ਕਹਿਣਾ ਹੈ ਕਿ ਸਟ੍ਰਾਬੇਰੀ ਦੀ ਖੇਤੀ ਦੀ ਇੱਕ ਤਾਂ ਮੰਡੀਕਰਨ ਬਹੁਤ ਆਸਾਨ ਹੈ ਅਤੇ ਦੂਸਰਾ ਇਸਦਾ ਰੇਟ ਵੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ, ਜਿਸ ਦੇ ਕਾਰਨ ਇਹ ਫਸਲ ਕਿਸਾਨਾਂ ਦੇ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉੱਥੇ ਇਸ ਮੌਕੇ ਇਸ ਕਿਸਾਨ ਦੇ ਵੱਲੋਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਰਵਾਇਤੀ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਸਟ੍ਰਾਬੇਰੀ ਦੀ ਅਤੇ ਹੋਰ ਜੋ ਫਸਲੀ ਚੱਕਰ ਦੀਆਂ ਅਤੇ ਹੋਰ ਫਸਲਾਂ ਦੀ ਖੇਤੀ ਦੇ ਵੱਲ ਧਿਆਨ ਦਿੱਤਾ ਜਾਵੇ, ਤਾਂ ਜੋ ਇੱਕ ਤਾਂ ਜ਼ਮੀਨ ਦੇ ਅੰਦਰਲੇ ਪਾਣੀ ਨੂੰ ਬਚਾਇਆ ਜਾ ਸਕੇਗਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਜਾ ਸਕੇਗੀ। ਪੰਜਾਬ ਦੇ ਖੇਤਾਂ ਦੇ ਵਿੱਚ ਅਕਸਰ ਤੁਸੀਂ ਫਸਲ ਦੇਖੀ ਹੋਣੀ ਹੈ, ਝੋਨੇ ਦੀ ਜਾਂ ਕਣਕ ਦੀ। ਜ਼ਿਆਦਾਤਰ ਪੰਜਾਬ ਦੇ ਖੇਤਾਂ ਦੇ ਵਿੱਚ ਤੁਹਾਨੂੰ ਇਹੀ ਫਸਲ ਮਿਲੇਗੀ, ਲੇਕਿਨ ਅੱਜ ਤੁਹਾਨੂੰ ਪੰਜਾਬ ਦਾ ਮੋਗੇ ਦਾ ਇੱਕ ਇਹੋ ਜਿਹਾ ਖੇਤ ਦਿਖਾਵਾਂਗੇ ਜਿਹਦੇ ਵਿੱਚ ਤੁਹਾਨੂੰ ਸਟ੍ਰਾਬੇਰੀ ਦੀ ਫਸਲ ਦਿਖਾਵਾਂਗੇ। ਤਕਰੀਬਨ 1.5 ਏਕੜ ਦੇ ਵਿੱਚ ਮੋਗਾ ਦੇ ਕਿਸਾਨ ਨੇ ਸਟ੍ਰਾਬੇਰੀ ਦੀ ਫਸਲ ਲਗਾਈ ਹੈ ਔਰ ਚੰਗਾ ਮੁਨਾਫਾ ਵੀ ਕਮਾ ਰਿਹਾ। ਆਮ ਤੌਰ 'ਤੇ ਕਿਸਾਨ ਹੈ ਜਿਹੜੇ ਝੋਨੇ ਅਤੇ ਕਣਕ ਦੇ ਫਸਲੀ ਚੱਕਰ 'ਚੋਂ ਨਿਕਲ ਰਹੇ, ਲੇਕਿਨ 4 ਸਾਲ ਤੋਂ ਇਹ ਕਿਸਾਨ ਮੋਗੇ ਦਾ ਜਸਪ੍ਰੀਤ ਸਿੰਘ ਸਟ੍ਰਾਬੇਰੀ ਦੀ ਖੇਤੀ ਕਰ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਸਟ੍ਰਾਬੇਰੀ ਦਾ ਜਿਹੜਾ ਸਾਈਜ਼ ਹੈ ਉਹ ਵੀ ਟਮਾਟਰ ਦੇ ਕਰੀਬ ਹੈ, ਜਿੱਡਾ ਟਮਾਟਰ ਹੁੰਦਾ ਉੱਡਾ ਸਾਈਜ਼ ਹੈ। ਐਡਾ ਵੱਡੇ ਸਾਈਜ਼ ਦੀਆਂ ਸਟ੍ਰਾਬੇਰੀਆਂ ਮੋਗਾ ਦੇ ਇਸ ਖੇਤਾਂ ਦੇ ਵਿੱਚ ਪੈਦਾ ਹੁੰਦੀਆਂ, ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਖੜ੍ਹੇ ਹੈ ਔਰ ਸਟ੍ਰਾਬੇਰੀ ਦਾ ਜਿਹੜਾ ਫਲ ਹੈ ਉਹ ਲਗਾਇਆ ਜਾ ਰਿਹਾ, ਪਿੱਛੇ ਫਲ ਤੋੜਿਆ ਜਾ ਰਿਹਾ, ਸਟ੍ਰਾਬੇਰੀ ਦਾ ਇੱਕ ਪਾਸੇ ਪੈਕਿੰਗ ਹੋ ਰਹੀ ਹੈ। ਔਰ ਇਸ ਖੇਤ ਨੂੰ ਦੇਖਣ ਵਾਸਤੇ, ਸਟ੍ਰਾਬੇਰੀ ਦੇ ਖੇਤ ਨੂੰ ਦੇਖਣ ਵਾਸਤੇ ਸਪੈਸ਼ਲ ਤੌਰ 'ਤੇ ਫਿਰੋਜ਼ਪੁਰ ਤੋਂ SDM ਸਾਹਿਬ ਵੀ ਆਏ ਨੇ ਔਰ ਉਹ ਵੀ ਜਾਣਕਾਰੀ ਲੈ ਰਹੇ ਨੇ ਕਿ ਇਹ ਜਿਹੜੀ ਸਟ੍ਰਾਬੇਰੀ ਦੀ ਫਸਲ ਹੈ ਇਹ ਪੰਜਾਬ ਦੀ ਫਸਲ ਨਹੀਂ ਹੈ, ਲੇਕਿਨ ਫਿਰ ਵੀ ਪੰਜਾਬ ਦੇ ਵਿੱਚ ਇਸ ਫਸਲ ਨੂੰ ਪੈਦਾ ਕੀਤਾ ਜਾਂਦਾ, ਉਗਾਇਆ ਜਾਂਦਾ ਔਰ ਕਾਫੀ ਅੱਛੇ ਜਿਹੜੇ ਹੈ ਫਲ ਜਿਹੜੇ ਹੈ ਵਧੀਆ ਤਰੀਕੇ ਦੇ ਨਾਲ ਇੱਥੇ ਹੁੰਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਸਟ੍ਰਾਬੇਰੀ ਤੁਹਾਨੂੰ ਜਿਸ ਤਰ੍ਹਾਂ ਮੈਂ ਦਿਖਾਈ ਹੈ ਕਾਫੀ ਵੱਡੇ ਸਾਈਜ਼ ਦੀ ਸਟ੍ਰਾਬੇਰੀ ਔਰ ਕਾਫੀ ਮਿੱਠੀ ਸਟ੍ਰਾਬੇਰੀ, ਆਮ ਤੌਰ 'ਤੇ ਬਹੁਤ ਘੱਟ ਮਿਲਦੀ ਹੈ ਲੇਕਿਨ ਬਿਨਾਂ ਕਿਸੇ ਪੈਸਟੀਸਾਈਡ ਤੋਂ, ਔਰ ਇਹ ਜਿਹੜੀ ਸਟ੍ਰਾਬੇਰੀ ਹੈ ਇੱਥੇ ਤਿਆਰ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਮੋਗਾ ਦੇ ਖੇਤਾਂ ਦੇ ਵਿੱਚ ਸਟ੍ਰਾਬੇਰੀ ਖੇਤਾਂ ਦੇ ਵਿੱਚ ਲਹਿਲਾ ਰਹੀ ਹੈ, ਕਿਉਂਕਿ ਪੰਜਾਬ ਦੇ ਖੇਤਾਂ ਦੇ ਵਿੱਚ ਆਮ ਤੌਰ 'ਤੇ ਤੁਹਾਨੂੰ ਕਣਕ ਅਤੇ ਝੋਨਾ ਇਹੀ ਦੋ ਫਸਲਾਂ ਮਿਲਣਗੀਆਂ ਜਾਂ ਆਲੂ ਮਿਲਣਗੇ, ਲੇਕਿਨ ਇਸ ਤਰ੍ਹਾਂ ਦੀ ਫਸਲ, ਇਸ ਤਰ੍ਹਾਂ ਦਾ ਫਰੂਟ ਹੈ ਜਿਹੜਾ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਦਿਖਾਇਆ ਸੀਗਾ ਕਿ ਡਰੈਗਨ ਫਰੂਟ ਤੁਹਾਨੂੰ ਦਿਖਾਇਆ ਸੀ, ਲੇਕਿਨ ਇਹ ਸਟ੍ਰਾਬੇਰੀ ਬਹੁਤ ਹੀ ਵਧੀਆ ਅਤੇ ਬੜੀ ਸਵਾਦਿਸ਼ਟ ਬੜੀ ਮਿੱਠੀ ਸਟ੍ਰਾਬੇਰੀ ਹੈ। ਚੱਕ ਕੇ ਵੀ ਵੇਖਾਂਗੇ, ਵਾਹ ਕਿਆ ਬਾਤ ਹੈ, ਬਹੁਤ ਵਧੀਆ ਸਟ੍ਰਾਬੇਰੀ ਹੈ ਜਿਹੜੀ ਇੱਥੇ ਹੋ ਰਹੀ ਹੈ। SDM ਸਾਹਿਬ ਤੁਹਾਡੇ ਨਾਲ ਸਰ ਥੋੜ੍ਹਾ ਜਿਹਾ ਗੱਲ ਕਰਾਂਗੇ, ਫਿਰੋਜ਼ਪੁਰ ਤੋਂ ਸਪੈਸ਼ਲ ਆਏ ਹੋ ਸਟ੍ਰਾਬੇਰੀ ਦਾ ਖੇਤੀ ਦੇਖਣ, ਬਹੁਤ ਵਧੀਆ ਸਟ੍ਰਾਬੇਰੀ ਹੈ, ਟਮਾਟਰ ਦੇ ਸਾਈਜ਼ ਵੀ ਹੈ, ਬੜੀ ਮਿੱਠੀ ਹੈ, ਟੇਸਟ ਵੀ ਕੀਤਾ, ਕੀ ਕਹੋਗੇ? ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਫਸਲ ਕਿਤੇ ਵੀ ਉਗਾਈ ਨਹੀਂ ਜਾਂਦੀ, ਪਰੰਤੂ ਜਸਪ੍ਰੀਤ ਸਿੰਘ ਮੋਗਾ ਇਹਨਾਂ ਨੇ ਜਿਹੜਾ ਇਹ ਨਵਾਂ ਯਤਨ ਕੀਤਾ ਹੈ ਔਰ ਡਾਇਵਰਸੀਫਿਕੇਸ਼ਨ ਦੇ ਵਿੱਚ ਜਿਹੜਾ ਯੋਗਦਾਨ ਦਿੱਤਾ ਹੈ, ਮੇਰੇ ਖਿਆਲ ਇਹ ਅੱਜ ਤੱਕ ਸਾਡੀਆਂ ਯੂਨੀਵਰਸਿਟੀਆਂ ਵੀ ਨਹੀਂ ਕਰ ਸਕੀਆਂ। ਔਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਸਾਰੇ ਦੇਖ ਰਹੇ ਹਾਂ ਕਿ ਐਡੀ ਵਧੀਆ ਫਸਲ ਆ, ਅਤੇ ਮੇਰੇ ਖਿਆਲ ਵੀ ਇਹ ਯੂਨੀਵਰਸਿਟੀ 'ਤੇ ਡਿਪੈਂਡ ਕਰੀਏ ਤਾਂ ਮੇਰੇ ਖਿਆਲ ਇਹੋ ਜਿਹੀ ਫਸਲ ਕਿਤੇ ਵੀ ਨਹੀਂ ਹੋ ਸਕਦੀ। ਸਰ ਸਾਈਜ਼ ਵੀ ਬੜਾ ਵੱਡਾ, ਕਿਉਂਕਿ ਅਸੀਂ ਵੀ ਆਮ ਤੌਰ 'ਤੇ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ, ਅਗਰ ਫਰੂਟ ਦੀ ਦੁਕਾਨ 'ਤੇ ਜਾਈ ਲਈਏ ਡੱਬੀ ਦੇ ਵਿੱਚ ਮਿਲਦੀਆਂ ਸਟ੍ਰਾਬੇਰੀਆਂ ਬਹੁਤ ਛੋਟੀਆਂ ਛੋਟੀਆਂ ਮਿਲਦੀਆਂ, ਅਤੇ ਉਹਨਾਂ ਨਾਲ ਟੇਸਟ ਕੀਤਾ ਜਾਵੇ ਜ਼ਿਆਦਾ ਮਿੱਠੀਆਂ ਨਹੀਂ ਹੁੰਦੀਆਂ, ਲੇਕਿਨ ਇਹ ਟੇਸਟ ਵੀ ਅਸੀਂ ਕਰ ਰਹੇ ਹਾਂ, ਕਾਫੀ ਵੱਡਾ ਸਾਈਜ਼ ਆ ਅਤੇ ਮਿੱਠੀਆਂ ਵੀ ਬਹੁਤ। ਦਰਅਸਲ ਭਾਵੇਂ ਸਾਡੇ ਪੰਜਾਬ ਦੀ ਫਸਲ ਨੇਗੀ, ਪਰੰਤੂ ਜਿਸ ਇਹ ਤਰੀਕੇ ਨਾਲ ਇਹਨਾਂ ਨੇ ਤਿਆਰ ਕੀਤੀ ਆ ਟਨਲ ਦੇ ਵਿੱਚ, ਲੋਅ ਟਨਲ ਦੇ ਵਿੱਚ,
ਔਰ ਉਹਦੇ ਵਿੱਚ ਇਹਨੂੰ ਪ੍ਰੋਪਰ ਉਹੋ ਜਿਹਾ ਜਿਹੜਾ ਹੈ ਇਹ ਵਾਤਾਵਰਨ ਮਿਲ ਗਿਆ, ਤਾਂ ਕਰਕੇ ਜਿਹੜੀ ਆ ਇਹ ਬਹੁਤ ਵਧੀਆ ਮਿਠਾਸ ਵਾਲੀ ਵੀ ਆ। ਔਰ ਦੂਸਰਾ ਇਹਦਾ ਇਹ ਵੀ ਹੁੰਦਾ ਕਿ ਕਈ ਵਾਰ ਜੇ ਕੋਈ ਥੋੜ੍ਹੀ ਜਿਹੀ ਕੱਚੀ ਬੰਦਾ ਤੋੜ ਲੈਂਦਾ ਉਹਦੇ 'ਚ ਖਟਾਸ ਹੁੰਦੀ ਆ, ਜੇ ਜ਼ਿਆਦਾ ਪੱਕ ਜਾਂਦੀ ਤਾਂ ਆਟੋਮੈਟਿਕਲੀ ਉਹ ਪੱਕ ਜਾਂਦੀ ਆ ਤਾਂ ਉਹਦੇ ਮਿੱਠੀ ਹੋ ਜਾਂਦੀ। ਆਮ ਤੌਰ 'ਤੇ ਪੰਜਾਬ ਦੇ ਖੇਤਾਂ 'ਚ ਤਾਂ ਝੋਨਾ ਅਤੇ ਕਣਕ ਹੀ ਦੇਖਣ ਨੂੰ ਮਿਲਦੀ ਆ, ਇਸ ਤਰ੍ਹਾਂ ਦਾ ਫਲ ਪਹਿਲੀ ਵਾਰ ਦੇਖਣ ਨੂੰ ਮਿਲਦਾ ਜੀ? ਇਹ ਬਹੁਤ ਵਧੀਆ ਯਤਨ ਆ, ਕਿਉਂਕਿ ਸਾਡਾ ਕਣਕ ਝੋਨੇ ਦੇ ਚੱਕਰ ਤੋਂ ਨਿਕਲਣਾ ਜਿਹੜਾ ਉਹ ਤਾਂ ਹੀ ਸੰਭਵ ਹੋ ਸਕਦਾ ਜੇ ਅਸੀਂ ਇਹੋ ਜਿਹੇ ਸਾਡੇ ਜਸਪ੍ਰੀਤ ਵਰਗੇ ਜਿਹੜੇ ਨੌਜਵਾਨ ਆ ਇਹਨਾਂ ਤੋਂ ਸੇਧ ਲੈ ਕੇ ਅਸੀਂ ਵੀ ਇਹੋ ਜਿਹੜਾ ਉਪਰਾਲਾ ਕਰੀਏ ਜਿਹਦੇ ਨਾਲ ਅਸੀਂ ਇਸ ਚੱਕਰ ਤੋਂ ਨਿਕਲ ਸਕੀਏ। ਜਸਪ੍ਰੀਤ, ਤੁਹਾਡੇ ਨਾਲ ਵੀ ਵੀਰ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਫਸਲੀ ਚੱਕਰ 'ਚੋਂ ਨਿਕਲੇ, ਕਿਉਂਕਿ ਝੋਨੇ ਅਤੇ ਕਣਕ ਦੇ ਚੱਕਰਾਂ ਦੇ ਵਿੱਚੋਂ ਬਹੁਤ ਘੱਟ ਕਿਸਾਨ ਨਿਕਲ ਪਾਉਂਦੇ ਨੇ, ਲੇਕਿਨ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਤੁਸੀਂ, ਸਟ੍ਰੋਬੇਰੀ ਦੀ ਖੇਤੀ ਜਿਹੜੀ ਪੰਜਾਬ ਦੀ ਖੇਤੀ ਹੋਈ ਨਹੀਂ ਹੈ ਉਸ ਨੂੰ ਪੈਦਾ ਕਰ ਰਹੇ ਹੋ ਉੱਥੇ? ਹਾਂਜੀ, ਜ਼ਿਆਦਾਤਰ ਆਪਾਂ ਕਿਸਾਨ ਕੀ ਕਰਦੇ ਹਾਂ ਇੱਕ ਪਸ਼ਤੈਨੀ ਖੇਤੀ ਕਰੀ ਜਾਂਦੇ ਹਾਂ, ਜਿੱਦਾਂ ਕਣਕ ਝੋਨਾ ਵਾ ਜੋ ਆਪਾਂ ਪੂਰੇ ਟ੍ਰੇਨਡ ਆ ਉਹਦੇ ਵਿੱਚ, ਹਰ ਇੱਕ ਕਿਸਾਨ ਹੀ ਟ੍ਰੇਨਡ ਆ ਉਹ ਕਣਕ ਝੋਨਾ ਹੀ ਆਪਾਂ ਰੈਗੂਲਰ ਕਰਦੇ ਆ ਰਹੇ ਹਾਂ। ਕੁਛ ਆਪਣੀ ਜਿਵੇਂ ਨਵੀਂ ਜਨਰੇਸ਼ਨ ਆ, ਨਵੀਂ ਨੌਲੇਜ ਆ, ਨਵੀਂ ਟੈਕਨੀਕਸ ਆ ਰਹੀਆਂ ਅਤੇ ਆਪਾਂ ਨੂੰ ਇੰਪਲੀਮੈਂਟ ਕਰਨੀਆਂ ਚਾਹੀਦੀਆਂ, ਉਹਨਾਂ ਤੋਂ ਕੁਛ ਸਿੱਖਣਾ ਚਾਹੀਦਾ। ਆਮ ਸਾਊਥ ਦੇ ਵਿੱਚ ਵੀ ਕਾਫੀ ਜਿਹੜੇ ਫਾਰਮਰ ਆ ਉਹ ਇਹਨਾਂ ਖੇਤੀਆਂ ਵੱਲ ਆ ਚੁੱਕੇ ਆ, ਕਿਉਂਕਿ ਜਿਹੜੀ ਆਪਾਂ ਕਣਕ ਝੋਨੇ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇੱਕ ਫਿਕਸ ਜੀ ਅਮਾਊਂਟ ਹੁੰਦੀ ਆ, 30-40 ਹਜ਼ਾਰ ਦੀ ਕਣਕ ਨਿਕਲਦੀ ਆ, ਝੋਨਾ ਜੇ ਕਹੀਏ ਝੋਨਾ ਵੀ 40-50 ਹਜ਼ਾਰ ਦਾ ਨਿਕਲਦਾ ਆਪਾਂ ਨੂੰ, ਖਰਚੇ ਬਹੁਤ ਆ ਜਾਂਦੇ ਉਹਨਾਂ ਦੇ ਉੱਪਰ ਵੀ। ਜੇ ਆਪਾਂ ਹੁਣ 50-100 ਏਕੜ ਦੀਆਂ ਫਸਲਾਂ 'ਚ ਖੇਤੀ ਕਰਦੇ ਹਾਂ ਉਹਦੇ ਵਿੱਚ ਕਿੰਨੀ ਮਸ਼ੀਨਰੀ ਚਾਹੀਦੀ ਆ, ਜੇ ਛੋਟਾ ਕਿਸਾਨ ਆ ਕੋਈ ਮਿਹਨਤੀ ਕਿਸਾਨ ਆ ਉਹ ਥੋੜ੍ਹੇ ਛੋਟੇ ਲੈਵਲ 'ਚ ਡਾਇਵਰਸੀਫਿਕੇਸ਼ਨ ਦੇ ਕੰਮ ਕਰੇ ਅਤੇ ਉਹਨੂੰ ਪ੍ਰੋਪਰ ਟੈਕਨੀਕਸ ਅਪਣਾ ਕੇ ਨੌਲੇਜ ਦੇ ਅਕੋਰਡਿੰਗ ਕੋਈ ਵੀ ਫਸਲ ਲਾਉਂਦਾ ਅਤੇ ਉਹਦੇ ਵਿੱਚੋਂ ਉਹਨੂੰ ਕੁਛ ਨਾ ਕੁਛ ਜ਼ਰੂਰ ਫਾਇਦਾ ਹੁੰਦਾ ਹੀ ਹੁੰਦਾ ਵਾ। ਜੇ ਆਪਾਂ 100 ਏਕੜ ਦੇ ਵਿੱਚ ਖੇਤੀ ਕਰਦੇ ਹਾਂ ਉਹਦੇ ਵਿੱਚ ਵੀ ਕਿੰਨੀ ਮਸ਼ੀਨਰੀ ਦੀ ਲੋੜ ਹੈ, ਜੇ 1 ਏਕੜ 'ਚ ਕਰਦੇ ਹਾਂ ਆਪਾਂ ਉਹਦੇ 'ਚ ਥੋੜ੍ਹੀਆਂ ਫਸਲਾਂ ਵੰਡ ਕੇ 1 ਏਕੜ ਨੂੰ ਲੱਗ ਗਏ, ਥੋੜ੍ਹੀ ਖੇਤੀ ਕਰਕੇ ਉਹਦੇ ਵਿੱਚ ਆਪਾਂ ਥੋੜ੍ਹਾ ਕਣਕ ਝੋਨੇ ਨਾਲੋਂ ਜੇ 10 ਏਕੜ ਦੀ ਕਮਾਈ 1 ਕਿੱਲੇ 'ਚ ਬੜੇ ਆਰਾਮ ਨਾਲ ਉਹਦੀ ਪ੍ਰੋਡਕਸ਼ਨ ਨੂੰ ਖੁਦ ਸੀਲ ਕਰਕੇ ਆਪਾਂ ਕਮਾ ਸਕਦੇ ਹਾਂ। ਮਿਹਨਤ ਕਿੰਨੀ ਕਹਿ ਦੀ, ਜਿਵੇਂ ਜਿਸ ਤਰ੍ਹਾਂ ਝੋਨਾ ਕਣਕ ਲਾ ਕੇ ਥੋੜ੍ਹਾ ਜਿਹਾ ਫ੍ਰੀ ਮਹਿਸੂਸ ਕਰਦੇ ਨੇ, ਇਹਦੀ ਮਿਹਨਤ ਕਿੰਨੀ? ਇਹ ਤਾਂ ਜੀ ਇੱਕ ਮੰਨ ਲਓ ਸਮਝ ਲਓ ਇੱਕ ਮੰਨ ਲਓ ਜੋਬ ਦੀ ਤਰ੍ਹਾਂ ਵਾ, ਤੁਸੀਂ ਇਹਨੂੰ ਡੇਲੀ ਖੇਤ ਨੂੰ ਵਿਜ਼ਿਟ ਕਰਨਾ ਅਤੇ ਮਿਹਨਤੀ ਕੰਮ ਆ। ਅਤੇ ਆਮ ਫਸਲਾਂ ਨੂੰ ਆਪਾਂ ਕਣਕ ਬੀਜ ਕੇ ਪਾਣੀ ਲਾ ਲਿਆ, 2 ਮਹੀਨੇ ਘਰੇ ਹਾਂ, 15 ਦਿਨ ਘਰੇ ਹਾਂ, 20 ਦਿਨ ਘਰੇ ਹਾਂ, ਪਰ ਇਹਦੇ ਵਿੱਚ ਤਾਂ ਤੁਹਾਨੂੰ ਡੇਲੀ ਰੂਟੀਨ ਦੇ ਵਾਈਜ਼ ਖੇਤ ਨੂੰ ਹੀ ਸਮਰਮਿਤ ਹੋਣਾ ਪੈਣਾ, ਤੁਹਾਨੂੰ ਡੇਲੀ ਖੇਤ ਦੇ ਕੰਮ ਵਿੱਚ ਰਹਿਣਾ ਪੈਣਾ ਹੈ। ਸਾਈਜ਼ ਕਿਸ ਤਰ੍ਹਾਂ ਵੱਡਾ ਹੈ ਇਸ ਤਰ੍ਹਾਂ, ਕਿਉਂਕਿ ਆਮ ਤੌਰ 'ਤੇ ਐਡਾ ਵੱਡਾ ਸਾਈਜ਼ ਦੇਖਣ ਨੂੰ ਨਹੀਂ ਮਿਲਦਾ, ਕੁਛ ਖਾਸ ਖਾਦ ਵਗੈਰਾ ਪਾਉਂਦੇ ਹੋ? ਨਹੀਂ, ਖਾਦ ਦੀ ਨਹੀਂ, ਇਹਨੂੰ ਇੰਨੀ ਇਹਦੀ ਇੱਕ ਮੈਂਟੇਨੈਂਸ ਹੀ ਰੱਖਣੀ ਪੈਂਦੀ ਹੈ, ਮੰਨ ਲਓ ਸਾਰੇ ਨਿਊਟ੍ਰੈਂਟਾਂ ਦੀ ਉਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਮੈਂਟੇਨ ਕਰਕੇ ਰੱਖਾਂਗੇ, ਤਾਂ ਜੇ ਆਪਾਂ ਮੰਨ ਲਓ ਕਿਸੇ ਚੀਜ਼ ਨੂੰ ਐਕਸੈਸਿਵ ਯੂਜ਼ ਕਰਾਂਗੇ ਤਾਂ ਉਹਦਾ ਪਲਾਂਟ ਦੇ ਵੈਜੀਟੇਟਿਵ ਗਰੋਥ 'ਤੇ ਫਰਕ ਪੈ ਜਾਂਦਾ। ਮੰਨ ਲਓ ਹੁਣ ਫਰੂਟਿੰਗ 'ਤੇ ਆ, ਉਹਦੀਆਂ ਜਿਹੜੀਆਂ ਨਿਊਟ੍ਰੀਸ਼ਨਸ ਦੇਣੀਆਂ ਜਾਂ ਮੰਨ ਲਓ ਆਪਾਂ ਨੂੰ ਖਾਦਾਂ ਦੇਣੀਆਂ ਉਹਦੀ ਸਟੇਜ ਦੇ ਅਕੋਰਡਿੰਗ ਦਿੰਦੇ ਹਾਂ ਆਪਾਂ। ਮੰਨ ਲਓ ਹੁਣ ਜੇ ਫਲਾਵਰਿੰਗ ਸਟੇਜ ਆ ਤਾਂ ਉਹਨੂੰ ਵੱਖਰੀਆਂ ਖਾਦਾਂ ਦੇ ਦਈਆਂ, ਜੇ ਮੰਨ ਲਓ ਉਹਦੀ ਫਰੂਟਿੰਗ ਸਟੇਜ ਆ ਉਹਦੀ ਮੈਚਿਓਰਟੀ ਸਟੇਜ ਆ ਤਾਂ ਉਹਨੂੰ ਵੱਖਰੀਆਂ ਖਾਦਾਂ ਦਿੰਦੇ ਹਾਂ, ਅਤੇ ਉਹਦੇ ਅਕੋਰਡਿੰਗ ਉਹਦਾ ਬੈਲੈਂਸ ਬਣ ਜਾਂਦਾ ਜਿਹੜੀਆਂ ਕਿ ਫਰੂਟ ਨੂੰ ਪ੍ਰੋਪਰ ਸਾਈਜ਼ ਸ਼ੇਪ ਬਣਾਉਣ ਵਾਸਤੇ। ਕਮਾਈ ਕਿੰਨੀ ਗਿਆ ਦੂਜੀਆਂ ਫਸਲਾਂ ਨੂੰ ਲੈ ਕੇ ਇਹਦੇ 'ਚ ਕਮਾਈ ਕਿੰਨੀ ਗਿਆ? ਕਮਾਈ ਦੀ ਗੱਲ ਕਰੀਏ ਵੀ ਝੂਠ ਜਿਹੇ ਵਾਲਾ ਕੰਮ ਆ, ਜੂਆ ਇੱਕ ਹਿਸਾਬ ਦਾ, ਜੋ ਕੋਈ ਵੀ ਮੰਨ ਲਓ ਹਾਰਟੀਕਲਚਰ ਕਰੋਪਸ ਆ ਜਿਨ੍ਹਾਂ ਦੀ ਕੋਈ ਮਾਰਕੀਟ ਨਹੀਂ ਗੀ ਉਹ ਜੂਏ ਦੀ ਤਰ੍ਹਾਂ ਵਾ। ਜੇ ਉਹਦੀ ਪ੍ਰੋਡਕਸ਼ਨ ਵਧੀਆ ਤੁਹਾਡੇ ਕੋਲ, ਕਈ ਵਾਰ ਤਾਂ ਉਹਦਾ ਰੇਟ ਵੀ ਡਾਊਨ ਹੋ ਸਕਦਾ, ਅਤੇ ਕਈ ਵਾਰ ਵੀ ਇੱਦਾਂ ਵਾ ਵੀ ਮਾਰਕੀਟ 'ਚ ਡਿਮਾਂਡ ਜ਼ਿਆਦਾ ਉਹਦਾ ਰੇਟ ਵੀ ਬਹੁਤ ਵਧੀਆ ਮਿਲ ਸਕਦਾ, ਅਤੇ ਉਹਦੀ ਮਾਰਕੀਟ ਤੁਹਾਨੂੰ ਆਪ ਨੂੰ ਖੋਜਣੀ ਪੈਣੀ ਹੈ। ਜੇ ਮਾਰਕੀਟ ਵਧੀਆ ਮਿਲ ਗਈ, ਕੁਆਲਿਟੀ ਤੁਹਾਡੇ ਕੋਲ ਵਧੀਆ, ਤਾਂ ਤੁਸੀਂ ਵਧੀਆ ਪ੍ਰੋਡਕਸ਼ਨ ਲੈ ਲਈ ਤਾਂ ਵਧੀਆ ਰੇਟ ਵੀ ਮਿਲ ਜਾਂਦਾ। ਅਤੇ ਲੱਗ ਨਹੀਂ ਰਿਹਾ ਕਿ ਇੱਕ ਰਿਸਕ ਜਿਹਾ ਲਿੱਤਾ, ਕਿਉਂਕਿ ਪੰਜਾਬ ਦੀ ਇਹ ਫਸਲ ਨਹੀਂ ਹੈ ਫਿਰ ਵੀ ਤੁਸੀਂ ਪੰਜਾਬ ਦੇ ਵਿੱਚ ਪੈਦਾ ਕਰ ਰਹੇ ਹੋ? ਉਹ ਇੱਕ ਚੈਲੰਜ ਐਕਸੈਪਟ ਕੀਤਾ ਆਪਾਂ, ਤਾਂ ਇੱਕ ਚੈਲੰਜ ਸੀਗਾ ਆਪਣੇ ਲਈ ਵੀ, ਆਪਾਂ ਹਰ ਕੋਈ ਕਹਿ ਦਿੰਦਾ ਸੀ ਯਾਰ ਇਹ ਐਵੇਂ ਟੱਕਰਾਈਆਂ ਮਾਰਦੇ ਆ ਇਹਦੇ 'ਚੋਂ ਕੀ ਹੋਣਾ ਵਾ, ਉਹ ਇੱਕ ਚੈਲੰਜ ਨੂੰ ਐਕਸੈਪਟ ਕੀਤਾ ਵੀ ਆਪਾਂ ਜੇ ਕਿੱਤਾ ਫੜਿਆ ਤਾਂ ਇਹਨੂੰ ਸਿਰੇ ਚੜਾਈ ਗਏ ਵੀ ਇਹਦੇ 'ਚ ਕਾਮਯਾਬ ਹੋਈਏ।
ਤੁਹਾਨੂੰ ਇੱਦਾਂ ਨਹੀਂ ਤੁਸੀਂ ਜੰਮਦੇ ਸਿੱਖ ਕੇ ਨਹੀਂ ਆਉਂਦੇ ਬਾਹਰ ਆ ਕੇ ਆਪਾਂ ਸਾਰੀਆਂ ਚੀਜ਼ਾਂ ਸਿੱਖਦੇ ਹਾਂ। ਉੱਦਾਂ ਹੀ ਆਪਾਂ ਹੌਲੀ 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 ਜਿੱਦਾਂ ਸ਼ੁਰੂ ਕਰ ਲਿਆ ਕੰਮ, 1-2 ਸਾਲ ਨੌਲੇਜ ਵੱਧਦੀ ਆ, ਬੰਦਿਆਂ ਨਾਲ ਮੇਲ ਮਿਲਾਪ ਵੱਧਦਾ, ਨੌਲੇਜ ਇਕੱਠੀ ਹੁੰਦੀ ਆ, ਉਹਨੂੰ ਆਪਾਂ ਹੌਲੀ ਹੌਲੀ ਖੇਤ ਦੇ ਵਿੱਚ ਇੰਪਲੀਮੈਂਟ ਕਰਦੇ ਹਾਂ ਅਤੇ ਉਹ ਵਧੀਆ ਰਿਜ਼ਲਟ ਦਿੰਦਾ ਜੀ। ਕਿੰਨੀ ਕੁ ਦੇਰ ਬਾਅਦ ਫਰੂਟ ਜਿਹੜਾ ਆ ਜਾਂਦਾ? ਜਿੱਦਾਂ ਮੰਨ ਲਓ ਆਪਾਂ ਜਦੋਂ ਟਰਾਂਸਪਲਾਂਟ ਕਰਦੇ ਹਾਂ ਉਦੋਂ 1.5 ਮਹੀਨੇ ਬਾਅਦ ਫਰੂਟਿੰਗ 'ਤੇ ਪਲਾਂਟ ਆ ਜਾਂਦਾ ਜੀ। ਅਤੇ ਕਿੱਥੋਂ ਲੈ ਕੇ ਕਿੱਥੋਂ ਆਉਂਦੇ ਹੋ ਪਨੀਰੀ? ਨਰਸਰੀ ਤਾਂ ਜੀ ਆਪਾਂ ਖੁਦ ਵੀ ਤਿਆਰ ਕਰ ਸਕਦੇ ਹਾਂ। ਇਹ ਅਸਲ ਦੇ ਵਿੱਚ ਨਰਸਰੀ ਨੂੰ ਤਿਆਰ ਕਰਨ ਵਾਸਤੇ ਇੱਕ ਮੌਸਮ ਮਾਹੌਲ ਚਾਹੀਦਾ, ਟੈਂਪਰੇਚਰ ਡਾਊਨ ਚਾਹੀਦਾ। ਉਹ ਜ਼ਿਆਦਾਤਰ ਹਿਮਾਚਲ ਦੇ ਵਿੱਚ ਇਹਦਾ ਮੌਸਮ ਵਧੀਆ ਹੁੰਦਾ ਨਰਸਰੀ ਤਿਆਰ ਕਰਨ ਵਾਸਤੇ, ਜਾਂ ਪੂਨਾ ਸਾਈਡ ਵਧੀਆ ਹੁੰਦਾ। ਪਰ ਆਪਾਂ ਤਾਂ ਆਪਣੇ ਕੋਲ ਇੱਥੇ ਵਧੀਆ ਯਾਨੀ ਕਿ ਟਾਈਮ ਵੀ ਨਹੀਂ ਹੁੰਦਾ ਇੰਨਾ, ਅਤੇ ਆਪਾਂ ਪੂਨੇ ਤੋਂ ਨਰਸਰੀ ਤਿਆਰ ਕਰਵਾ ਲਈ ਦੀ, ਉੱਥੋਂ ਲੈ ਕੇ ਆਈ ਦੀ। ਬਾਕੀ ਕਿਸਾਨਾਂ ਨੂੰ ਕੀ ਕਹੋਗੇ, ਕੀ ਸੇਧ ਹੈ ਜਿਹੜੇ ਕਿਸਾਨ ਝੋਨੇ ਦੇ ਫਸਲੀ ਚੱਕਰ 'ਚੋਂ ਨਿਕਲ ਨਹੀਂ ਪਾਉਂਦੇ? ਹਾਂ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਸਟ੍ਰੋਬਰੀ ਲਾ ਲਓ, ਪਰ ਕੁਛ ਨਾ ਕੁਛ ਉਜਰ ਕਰਨਾ ਪੈਣਾ ਆਪਾਂ ਨੂੰ। ਫਸਲੀ ਚੱਕਰ 'ਚੋਂ ਨਿਕਲਾਂਗੇ ਤਾਂ ਇਹ ਵਧੀਆ ਇਨਕਮ ਦੇ ਸੋਰਸ ਹੈਗੇ ਆ। ਥੋੜ੍ਹੇ ਥੋੜ੍ਹੇ ਲੈਵਲ, ਛੋਟੇ ਛੋਟੇ ਲੈਵਲ 'ਤੇ ਆਪਾਂ ਡਿਵਰਸੀਫਿਕੇਸ਼ਨ ਕਰਕੇ ਮਾਰਕੀਟ ਆਪ ਨੂੰ ਲੱਭਣੀ ਪੈਣੀ ਹੈ, 'ਚ ਕੋਈ ਸ਼ੱਕ ਨਹੀਂ। ਸਰਕਾਰ ਨੇ ਆਪਾਂ ਨੂੰ ਮਾਰਕੀਟ ਨਹੀਂ ਦੇਣੀਗੀ, ਪਰ ਇਹਦੀ ਮਾਰਕੀਟ ਆਪਾਂ ਨੂੰ ਖੁਦ ਤਿਆਰ ਕਰਨੀ ਪੈਣੀ ਆ। ਆਪਾਂ ਛੋਟੇ ਛੋਟੇ ਲੈਵਲ 'ਤੇ ਡਿਵਰਸੀਫਿਕੇਸ਼ਨ ਕਰੀਏ ਤਾਂ ਉਹਦੇ ਵਿੱਚੋਂ ਵਧੀਆ ਮੁਨਾਫਾ ਇੱਕ ਨੌਲੇਜ ਅਤੇ ਟੈਕਨੀਕਸ ਨੂੰ ਯੂਜ਼ ਕਰਕੇ ਆਪਾਂ ਵਧੀਆ ਲੈ ਸਕਦੇ ਹਾਂ। ਕਿਹਾ ਜਾ ਸਕਦਾ ਕਿ ਪੰਜਾਬ ਦੀ ਮਿੱਟੀ ਇਹੋ ਜਿਹੀ ਹੈ ਜਿਹੜੀ ਹਰ ਚੀਜ਼ ਪੈਦਾ ਕਰ ਸਕਦੀ ਹੈ, ਜਜ਼ਬਾ ਹੋਣਾ ਚਾਹੀਦਾ ਜਾਂ ਮਿਹਨਤ ਕਰਨੀ ਚਾਹੀਦੀ? ਹਾਂਜੀ, ਮਿਹਨਤ ਹੋਣੀ ਚਾਹੀਦੀ ਆ। ਬਹੁਤ ਫਾਰਮਰਸ ਹੈਗੇ ਐਸੇ, ਤੁਸੀਂ ਮੈਨੂੰ ਦੇ ਲੱਭ ਲਿਆ ਤੁਸੀਂ, ਇੱਦਾਂ ਬਹੁਤ ਫਾਰਮਰ ਐਸੇ ਹੈਗੇ ਆ ਜਿਹੜੇ ਇਹਨਾਂ ਟੈਕਨੀਕਸ ਨੂੰ ਯੂਜ਼ ਕਰ ਰਹੇ ਆ। ਪੰਜਾਬ ਦੀ ਮਿੱਟੀ ਦੇ ਵਿੱਚ ਕੁਛ ਵੀ ਪੈਦਾ ਕੀਤਾ ਜਾ ਸਕਦਾ, ਸਾਰੀਆਂ ਫਸਲਾਂ ਪੰਜਾਬ ਦੀ ਮਿੱਟੀ 'ਚੋਂ ਪੈਦਾ ਕੀਤੀਆਂ ਜਾ ਸਕਦੀਆਂ। ਬਿਲਕੁਲ, ਪੰਜਾਬ ਦੀ ਮਿੱਟੀ ਦੇ ਵਿੱਚ ਹਰ ਤਰ੍ਹਾਂ ਦੀ ਫਸਲ ਪੈਦਾ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਸਟ੍ਰੋਬਰੀ ਦੀ ਫਸਲ ਪੈਦਾ ਕੀਤੀ ਹੈ ਜਸਪ੍ਰੀਤ ਸਿੰਘ ਨੇ, ਮੋਗਾ ਦੇ ਕਿਸਾਨ ਨੇ। ਵੀਰ ਜੀ, ਤੁਸੀਂ ਵੀ ਦੇਖਣ ਆਏ ਹੋ, ਫਸਲ ਕੀ ਕਹੋਗੇ? ਬਾਈ, ਫਸਲ ਬਹੁਤ ਸੋਹਣੀ ਹੈ ਅਤੇ ਬਹੁਤ ਮਿਹਨਤ ਹੈ, ਬਹੁਤ ਵਧੀਆ। ਪਰ ਜਿਵੇਂ ਨੌਜਵਾਨ ਮਿਹਨਤ ਕਰ ਰਹੇ ਆ, ਮੁੰਡੇ ਕਰ ਰਹੇ ਆ, ਸਰਕਾਰ ਵੀ ਬਾਂਹ ਫੜੇ। ਮੰਨ ਲਓ ਮਲਚਿੰਗ ਤੋਂ ਸਟਾਰਟ ਹੋ ਜਾਈਏ ਆਪਾਂ, ਇਹਦੀ ਸਬਸਿਡੀ, ਲਿਫਾਫੇ ਦੀ ਸਬਸਿਡੀ ਜਾਂ ਪਨੀਰੀ 'ਤੇ, ਉਹ ਵੀਰ ਜੀ 2-2 ਸਾਲਾਂ ਦੀਆਂ ਫਾਈਲਾਂ ਆੜੀਆਂ ਪਈਆਂ। ਸਬਸਿਡੀ ਪਰਿਵਾਰਵਾਦ ਨਹੀਂ ਦੇ ਰਹੀ ਸਰਕਾਰ, ਉਹ ਟਾਈਮ 'ਤੇ ਪੈਸਾ ਸਬਸਿਡੀ ਦੇਵੇ ਜਾਂ ਇਹ ਅੱਗੇ ਲਿਆਵੇ, ਟ੍ਰੇਨਿੰਗ ਰੱਖੇ ਕੋਈ, ਉਹੋ ਜਿਹੀ ਚੀਜ਼ ਮੂਹਰੇ ਆਉਣੀ ਜ਼ਰੂਰੀ ਹੈ ਬਾਈ। ਬਿਲਕੁਲ, ਇਸ ਤਰ੍ਹਾਂ ਦੀ ਚੀਜ਼ ਮੂਹਰੇ ਆਉਣੀ ਜ਼ਰੂਰੀ ਹੈ, ਪ੍ਰੋਤਸਾਹਿਤ ਵੀ ਕਰਨਾ ਚਾਹੀਦਾ ਇਹਨਾਂ ਕਿਸਾਨਾਂ ਨੂੰ ਜਿਹੜੇ ਕਿਸਾਨ ਫਸਲੀ ਚੱਕਰ 'ਚੋਂ ਨਿਕਲ ਕੇ ਦੂਜੀਆਂ ਫਸਲਾਂ ਬੀਜਦੇ ਨੇ। ਇਸ ਕਿਸਾਨ ਨੇ, ਜਸਪ੍ਰੀਤ ਸਿੰਘ ਨੇ, ਮੋਗਾ ਦੇ ਕਿਸਾਨ ਨੇ ਸਟ੍ਰੋਬਰੀ ਦੀ ਫਸਲ ਪੈਦਾ ਕੀਤੀ ਹੈ, ਕਿ ਕਿਹਾ ਜਾ ਸਕਦਾ ਕਿ ਪੰਜਾਬ ਦੀ ਧਰਤੀ ਦੇ ਵਿੱਚ, ਪੰਜਾਬ ਦੀ ਮਿੱਟੀ ਦੇ ਵਿੱਚ ਹਰ ਤਰ੍ਹਾਂ ਦੀ ਫਸਲ, ਹਰ ਤਰ੍ਹਾਂ ਦਾ ਫਰੂਟ ਪੈਦਾ ਕੀਤਾ ਜਾ ਸਕਦਾ, ਅਗਰ ਤੁਸੀਂ ਉਹਨੂੰ ਮਿਹਨਤ ਕਰੋ ਜਾਂ ਫਸਲੀ ਚੱਕਰ 'ਚੋਂ ਨਿਕਲੋ। ਜਿਸ ਤਰ੍ਹਾਂ ਅਸੀਂ ਤੁਹਾਨੂੰ ਦਿਖਾਇਆ ਕਿ ਮੋਗਾ ਦੇ ਇਸ ਖੇਤ ਦੇ ਵਿੱਚ ਖੜ੍ਹੇ ਹਾਂ, ਅੱਗੇ ਵੀ ਦਿਖਾਵਾਂਗੇ ਜਿਸ ਤਰ੍ਹਾਂ ਫਰੂਟ ਲਾਇਆ ਜਾ ਰਿਹਾ, ਕੁਛ ਲੇਡੀਜ਼ ਨੇ ਲੱਗੀਆਂ ਹੋਈਆਂ ਨੇ। ਬਹੁਤ ਹੀ ਵਧੀਆ ਫਰੂਟ ਮੋਗਾ ਦੀ ਇਸ ਧਰਤੀ 'ਤੇ ਪੈਦਾ ਹੋਇਆ, ਬਹੁਤ ਹੀ ਵਧੀਆ ਫਰੂਟ ਹੈ, ਬੜਾ ਮਿੱਠਾ ਫਰੂਟ ਹੈ। ਮੰਗ ਇਹ ਵੀ ਕਰ ਰਹੇ ਨੇ ਲੋਕ ਕਿ ਸਰਕਾਰਾਂ ਇਹੋ ਜਿਹੇ ਕਿਸਾਨਾਂ ਦਾ ਸਾਥ ਦੇਣ, ਉਹਨਾਂ ਦੀਆਂ ਬਾਂਹ ਫੜਨ, ਤਾਂ ਕਿ ਕਿਸਾਨ ਫਸਲੀ ਚੱਕਰ 'ਚੋਂ ਨਿਕਲ ਕੇ ਇਸ ਤਰ੍ਹਾਂ ਦੀਆਂ ਫਸਲਾਂ ਜਾਂ ਫਰੂਟ ਵੱਲ ਧਿਆਨ ਦੇਣ। ਦੀਪਕ ਸਿੰਗਲਾ, ਨਿਊਜ਼ 18 ਮੋਗਾ।